ਤੁਹਾਡੀ ਉਮਰ 40 ਸਾਲ ਹੈ ਤੁਹਾਨੂੰ ਪੜ੍ਹਾਈ ਛੱਡਿਆਂ ਵੀ 22 ਸਾਲ ਹੋ ਚੁੱਕੇ ਨੇ 2 4 5 ਵਾਰ ਵੀਜ਼ਾ ਅਪਲਾਈ ਕਰਕੇ ਦੇਖ ਲਿਆ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਨੂੰ ਪਤਾ ਤੁਸੀਂ ਵੀ ਸਟੱਡੀ ਵੀਜ਼ਾ ਤੇ ਕੈਨੇਡਾ ਜਾ ਸਕਦੇ ਹੋ ਕੀ ਚਾਹੀਦਾ ਵਾ 10 ਤੋਂ 12 ਲੱਖ ਰੁਪਈਆ ਲੱਗਦਾ ਐਨੀ ਕੁ ਪੈਸਿਆਂ ਦੇ ਨਾਲ ਤੁਸੀਂ 1 ਸਾਲ ਦੇ ਕੋਰਸ ਦੇ ਵਿੱਚ ਦਾਖਲਾ ਲੈਂਦੇ ਜੇ 2 ਤੋਂ 2.5 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਂਦਾ ਸਾਲ ਦੀ ਪੜ੍ਹਾਈ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਜਿਸ ਤੋਂ ਬਾਅਦ ਤੁਸੀਂ ਪੀਆਰ ਅਪਲਾਈ ਕਰ ਸਕਦੇ ਜੇ ਜੇ ਤੁਹਾਡੀ ਉਮਰ 50 ਸਾਲ ਤੋਂ ਘੱਟ ਹੈ ਤਾਂ ਤੁਸੀਂ ਕੈਨੇਡਾ ਦੀ ਪੀਆਰ ਹਾਸਲ ਕਰ ਸਕਦੇ ਹੋ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡਾ ਕੇਸ ਪੈ ਜਾਂਦਾ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਵੀ ਆਪਣੀ ਫਾਈਲ ਲਾ ਸਕਦੇ ਹੋ ਜੇ ਤੁਹਾਡੇ ਕੋਲ 1 ਸਾਲ ਦਾ ਕੈਨੇਡਾ ਦਾ ਵਰਕ ਐਕਸਪੀਰੀਅੰਸ ਹੁੰਦਾ ਅੱਜ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜਿਨ੍ਹਾਂ ਲੋਕਾਂ ਦੀ ਉਮਰ ਵੱਧ ਚੁੱਕੀ ਹੈ ਉਹ ਬਾਹਰ ਜਾਣਾ ਚਾਹੁੰਦੇ ਨੇ ਬੱਚਿਆਂ ਦੇ ਰੂਪ ਚ ਦੇਖਦੇ ਨੇ ਕਿ ਕਦੋਂ ਬੱਚਾ 12ਵੀਂ ਕਲਾਸ ਕਰੇਗਾ ਤੇ ਉਦੋਂ ਜਾਵਾਂਗੇ ਇੱਕ ਆਲ ਹੈ ਮੇਰੀ ਉਹਨਾਂ ਸਾਰੇ ਵੀਰ ਭੈਣ ਭਰਾਵਾਂ ਨੂੰ ਜਿਹੜੇ ਆਪਦੀ ਉਮਰ ਵਧਾ ਚੁੱਕੇ ਐ ਜਿਨ੍ਹਾਂ ਦੀ ਉਮਰ 40-45 ਸਾਲ ਹੋ ਚੁੱਕੀ ਐ 50 ਸਾਲ ਦੀ ਉਮਰ ਤੋਂ ਬਾਅਦ ਤੁਹਾਡੀ ਪੀਆਰ ਨਹੀਂ ਹੋਣੀ ਇੱਕ ਚੀਜ਼ ਯਾਦ ਰੱਖਿਓ ਜੇ ਤੁਸੀਂ 50 ਵਾਲਾ ਕੈਟਾਗਰੀ ਟੱਪ ਗਏ ਫਿਰ ਤੁਹਾਡੀ ਪੀਆਰ ਨਹੀਂ ਹੋਣੀ ਇਸ ਕਰਕੇ ਜੇ ਤੁਹਾਡੀ 40-45 ਸਾਲ ਤੱਕ ਵੀ ਉਮਰ ਐ ਸਾਨੂੰ ਮਿਲੋ ਆ ਕੇ ਸਾਨੂੰ ਦੱਸੋ ਤੁਸੀਂ ਕੀ ਕੀਤਾ ਵਾ ਪਿਛਲੇ 15 20 ਸਾਲਾਂ 'ਚ ਜੋ ਤੁਸੀਂ ਪਿਛਲੇ 20 ਸਾਲ 'ਚ profession ਦੇ 'ਚ ਕੰਮ ਕਰਦੇ ਰਹੇ ਜੇ ਉਹਦੇ ਨਾਲ ਰਿਲੇਟਿਡ ਤੁਹਾਨੂੰ ਕੋਰਸ ਲੈ ਕੇ ਦੇਾਂਗੇ ਜਿਹਦੇ ਵਿੱਚ ਤੁਹਾਨੂੰ ਸਟੱਡੀ ਵੀਜ਼ਾ ਮਿਲੇਗਾ 1 ਸਾਲ ਦੀ ਤੁਹਾਡੀ ਪੜ੍ਹਾਈ ਹੋਏਗੀ 8 ਮਹੀਨਿਆਂ ਦੇ ਵਿੱਚ ਕੋਰਸ ਖਤਮ ਹੋ ਜਾਏਗਾ ਇਹ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ ਜਿਹਦੇ ਨਾਲ ਤੁਸੀਂ ਆਪਦੀ ਕੈਨੇਡਾ ਦੀ ਪੀਆਰ ਅਪਲਾਈ ਕਰ ਸਕਦੇ ਜੇ ਅੱਜ ਇਥੋਂ ਬਾਹਰ ਜਾਣਾ ਚਾਹੁੰਦੇ ਹੋ ਰਿਸ਼ਤੇਦਾਰ ਭੈਣ ਭਰਾ ਦੋਸਤਾਂ ਨੂੰ ਤੁਸੀਂ ਬਥੇਰਾ ਹੱਕਾ ਮਾਰ ਕੇ ਦੇਖ ਲਈਆਂ ਅੱਜ ਸਪான்ਸਰ ਕੋਈ ਨਹੀਂ ਭੇਜਦਾ ਸਪான்ਸਰਾਂ ਨਾਲ ਵੀ ਵੀਜ਼ੇ ਅਪਲਾਈ ਕਰਕੇ ਦੇਖ ਲੇ ਵੀਜ਼ਾ ਫਿਰ ਵੀ ਨਹੀਂ ਲੱਗਦਾ ਅੱਜ ਕੈਨੇਡੀਅਨ ਗਵਰਨਮੈਂਟ ਵਾਸਤੇ ਸਟੱਡੀ ਵੀਜ਼ਾ ਪ੍ਰਾਇਓਰਿਟੀ ਤੇ ਆ ਕਿਉਂਕਿ ਇਹਦੇ ਨਾਲ ਪੈਸੇ ਮਿਲਦੇ ਆ ਮੁਲਕ ਨੂੰ ਜਦੋਂ ਤੁਸੀਂ ਇੱਕ ਕੰਟਰੀ ਦੇ ਵਿੱਚ ਸਟੱਡੀ ਵੀਜ਼ਾ ਤੇ ਜਾਂਦੇ ਹੋ ਤੁਸੀਂ ਸਾਲ ਦਾ ਲਿਵਿੰਗ ਐਕਸਪੈਂਸ ਨਾਲ ਲੈ ਕੇ ਜਾਂਦੇ ਹੋ ਤੁਸੀਂ ਟਿਊਸ਼ਨ ਫੀਸ ਤਾਰ ਕੇ ਜਾਂਦੇ ਹੋ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਉੱਥੇ ਉਤਰਦੇ ਹੋ ਜਿਹੜਾ ਤਿੰਨ ਗੁਣਾ ਜ਼ਿਆਦਾ ਕੀ ਸਾਡਾ ਇਹੀ ਇੱਕ ਰੀਜ਼ਨ ਆ ਕਿ ਕੋਰੋਨਾ ਦੇ ਵਿੱਚ ਵੀ ਕੈਨੇਡਾ ਐਂਬੈਸੀ ਨੇ ਸਟੱਡੀ ਵੀਜ਼ਾ ਬੰਦ ਨਹੀਂ ਕੀਤਾ ਔਰ ਅੱਜ ਦੀ ਡੇਟ ਦੇ ਵਿੱਚ ਪ੍ਰੋਸੈਸਿੰਗ ਟਾਈਮ ਘਟ ਕੇ ਮਹੀਨਾ ਸਵਾ ਮਹੀਨਾ ਤੱਕ ਆ ਚੁੱਕਾ ਜੇ ਅੱਜ ਤੁਸੀਂ ਅਪਲਾਈ ਕਰਨਾ ਤੁਹਾਡਾ ਕੇਸ ਸਤੰਬਰ ਰੀਟੇਕ ਵਾਸਤੇ ਅਪਲਾਈ ਹੋ ਸਕਦਾ 1.5 ਮਹੀਨਾ ਲੱਗੇਗਾ ਪ੍ਰੋਸੈਸਿੰਗ ਨੂੰ ਤੁਸੀਂ 12ਵੀਂ ਕਲਾਸ ਪਾਸ ਕੀਤੀ ਹੋਵੇ ਪਿਛਲੇ 15-20 ਸਾਲਾਂ ਤੋਂ ਕੋਈ ਕਾਰੋਬਾਰ ਕਰਦੇ ਹੋ ਕੋਈ ਦੁਕਾਨਦਾਰੀ ਹੈ ਤੁਹਾਡੀ ਆਪਦੀ ਜਾਂ ਕੋਈ ਨੌਕਰੀ ਕਰਦੇ ਹੋ ਸਾਨੂੰ ਉਹਦੇ ਪ੍ਰੂਫ ਦੇਣੇ ਆ ਜੇ ਇਨਕਮ ਟੈਕਸ ਰਟਨਾ ਭਰਦੇ ਹੋ ਤਾਂ ਰਟਨਾ ਦੇ ਪ੍ਰੂਫ ਦੇ ਦਿਓ ਜੇ ਕਿਤੇ ਨੌਕਰੀ ਕਰਦੇ ਹੋ ਤਾਂ ਨੌਕਰੀ ਜਿੱਥੇ ਕਰਦੇ ਹੋ ਉਥੋਂ ਲਿਖਾ ਕੇ ਦੇ ਦਿਓ ਤੁਹਾਡੇ ਸੁਪਨਿਆਂ ਤੱਕ ਪਹੁੰਚਣ ਦੀ ਤੁਹਾਨੂੰ ਜ਼ਿੰਮੇਵਾਰੀ ਅਸੀਂ ਲਵਾਂਗੇ ਐਨੀ ਉਮਰ ਦੇ ਨਾਲ ਕਿਤੇ ਨਹੀਂ ਜਾ ਪਾਣਾ ਤੁਸੀਂ ਸੌਖਾ ਤਰੀਕਾ ਵਾ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਮਿਲ ਰਿਹਾ ਮੇਰਾ ਇਸ ਨੰਬਰ ਤੇ ਕਾਲ ਕਰੋ ਮੈਨੂੰ ਕਾਲ ਕਰਕੇ ਮੈਂ ਨਾ ਅਪਾਇੰਟਮੈਂਟ ਰੱਖੋ ਮੈਨੂੰ ਚਲੰਦਰ ਜਾਂ ਚੰਡੀਗੜ੍ਹ ਆ ਕੇ ਮਿਲੋ ਤੁਹਾਡੇ ਸੁਪਨਿਆਂ ਨੂੰ ਸਕਾਰ ਕਰਨ ਦੀ ਕੋਸ਼ਿਸ਼ ਮੈਂ ਕਰੂੰਗਾ ਧੰਨਵਾਦ